संतन के सुनियत प्रभ की बात, संतन के सुनियत प्रभ की बात, संतन के सुनियत प्रभ की बात, संतन के सुनियत प्रभ की संतन के सुनियत प्रभ के बात। कथा कीर्तन आनंद मंगल धुन, कथा कीर्तन आनंद मंगल धुन, पूर्ण सर रात संतन के सुनियत प्रभ के बात, संतन के सुनियत प्रभ के बात, कथा कीर्तन आनंद मंगल धुन, कथा कीर्तन आनंद मंगल संतन के सुनियत प्रभ के बात, संतन के सुनियत प्रभ के बात। हाँ जी, नाम जब बताया मैं। अच्छा जी, घर बाबा जी प्रकाश किए हुए जी, हुण असीं सेवा करदे हां। सेवा तो करनी पर महाराज भी जपया करो ना। हाँ जी संतन के सुनियत प्रभ की बात, 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 संतन के सुनियत प्रभ के बात।
ਰੋਟੀ ਸਾਡੇ ਘਰ ਤੋਂ ਪਹਿਲਾਂ ਪਾਣੀ ਵੀ ਨੀ ਪੀਂਦਾ ਕਿਸੇ ਦੀਦੀ ਸਾਡੇ ਨਾਲ ਆਇਆ ਸੀਗਾ ਤੇ ਕਿਸੇ ਦੇ ਘਰ ਦਾ ਕੁਛ ਨੀ ਪੀਤਾ ਖਾਧਾ ਹਾਲੇ ਨੀ ਖਾਧਾ ਤੇ ਮਾੜੀ ਕਿਸੇ ਨੇ ਗੱਲ ਆਖੀ ਤੇ ਗੁੱਸਾ ਸੁਣੀ ਕਿੱਥੋਂ ਜਾਂਦਾ ਸੀ ਕੰਮ ਛੱਡ ਕੇ ਤੇ ਘਰ ਨੂੰ ਵਗ ਗਿਆ ਵੀ ਤੂੰ ਹੋਰ ਸਾਰੀਆਂ ਚੀਜ਼ਾਂ ਛੱਡਦੀਆਂ ਤੂੰ ਆਹ ਤਾਂ ਛੱਡਦੇ ਛੱਡਣ ਵਾਲੀ ਚੀਜ਼ ਤਾਂ ਇਹੋ ਹੀ ਹੈ ਤੇ ਮੈਨੂੰ ਐਂ ਹਟਾ ਉਹ ਹੋਮ ਮੈਂ ਆ ਗਈ ਨਾ ਮੈਂ ਇੰਨਾ ਕੰਮ ਕਰਦਾ ਮੈਨੂੰ ਐਂ ਹਟਾ ਹੁਣ ਆਖਿਆ ਸਵੇਰ ਟੈਲੀਫੋਨ ਕਰੋ ਫਿਰ ਉਹਨੂੰ ਪੁੱਛਾਂਗੇ ਵੀ ਤੂੰ ਇਹ ਕਿੱਥੋਂ ਰੱਖ ਛੱਡਿਆ ਜੇ ਉਹਨੂੰ ਸਾਰਾ ਕੁਛ ਛੱਡਦਾ ਹੋਰ ਰੋਟੀ ਨਹੀਂ ਖਾਣੀ ਚਾਹ ਨਹੀਂ ਪੀਣੀ ਦੁੱਧ ਨਹੀਂ ਪੀਣਾ ਕਿਸੇ ਦੇ ਘਰ ਦਾ ਕੋਈ ਖਾਣਾ ਨਹੀਂ ਪੀਣਾ ਨਹੀਂ ਅੱਠ ਪਹਿਰਾਂ ਤੋਂ ਇੱਕ ਵਾਰਾਂ ਰੋਟੀ ਖਾਣੀ ਹੈ ਜਿਸਨੋ ਤੇਰੀ ਮੇਰ ਜਿਸਨੋ ਤੇਰੀ ਮੇਰ ਸੋ ਤੇਰੀ ਬੰਦਗੀ ਸੋ ਤੇਰੀ ਬੰਦਗੀ ਜਿਸਨੋ ਤੇਰੀ ਮੇਰ ਸੋ ਤੇਰੀ ਪਹਿਲੀ ਸਟੇਜ ਹੈ ਦੂਜੀ ਪੌੜੀ ਫਿਰ ਅੱਗੇ ਜੀ ਦੂਜੀ ਪੌੜੀ ਦੇ ਗਾਹ ਫਿਰ ਜਿਵੇਂ ਉਹ ਕਰਦੇ ਚਾਹੀਦਾ ਸਰੀਰ ਸਾਧਿਆ ਜਾਂਦਾ ਹੈ ਫਿਰ ਜਿਹੜਾ ਅਭਿਆਸ ਕਰਨਾ ਜਿਹੜਾ ਜਿਵੇਂ ਵੀ ਹੋਵੇ ਜਿਵੇਂ ਤੜਕੇ ਉੱਥੇ ਗੱਲਾਂ ਕਰਦੇ ਸੀ ਕੁਛ ਵੀ ਕਰੇ ਗੁਰਮੰਤਰ ਦਾ ਅਭਿਆਸ ਕਰੋ ਹਾਂਜੀ ਬਾਣੀਆਂ ਪੜ੍ਹ ਲਈਆਂ ਬਾਕੀ ਫਿਰ ਗੁਰਮੰਤਰ ਦਾ ਅਭਿਆਸ ਕਰੋ ਵਾਹਿਗੁਰੂ ਵਾਹਿਗੁਰੂ ਇਹਦੇ ਨਾਲ ਆਤਮ ਗਿਆਨ ਹੋ ਜਾਂਦਾ ਇਹਦੇ ਵਿੱਚ ਹੀ ਹੈ ਸਭ ਕੁਛ ਪਰਮੇਸ਼ਰ ਇਹਦੇ ਵਿੱਚ ਹੈ ਜਦੋਂ ਕਰੇਗਾ ਤੂੰ ਇਹਦੇ ਵਿੱਚੋਂ ਹੀ ਜਿਵੇਂ ਹੁੰਦਾ ਨਾ ਮਹਿੰਦੀ ਹੁੰਦੀ ਹੈ ਤੇ ਰੰਗ ਵਿੱਚ ਹੀ ਹੁੰਦਾ ਪਰਮਾਤਮਾ ਜਿਹੜਾ ਜੋ ਬੜਾ ਮੰਦੇ ਸੋਈ ਪਿੰਡੇ ਜੋ ਖੂਜੇ ਸੋ ਪਾਵੇ ਅਕਾਲ ਪੁਰਖ ਦਾ ਸਰੀਰ ਦੇ ਵਿੱਚ ਹੀ ਹੈ ਉਹਦਾ ਗਿਆਨ ਹੋਣਾ ਸਾਨੂੰ ਤਾਂ ਬਾਣੀ ਕਈ ਵਾਰ ਯਾਦ ਹੀ ਨਹੀਂ ਰਹਿੰਦੀ ਕਈ ਪੜ੍ਹਦੇ ਹਾਂ ਯਾਦ ਨਹੀਂ ਰਹਿੰਦੀ ਸਮਝ ਵੀ ਨਹੀਂ ਆਉਂਦੀ ਕਈ ਤਾਂ ਸਮਝ ਤਾਂ ਨਹੀਂ ਆਉਂਦੀ ਸਮਝ ਤਾਂ ਤਾਂ ਹੀ ਆਉਣੀ ਨਾ ਜਦੋਂ ਆਪਾਂ ਪੜ੍ਹੀਏ ਕਿਨੂੰ ਹਾਂਜੀ ਪੜ੍ਹੋ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਆਦਿ ਗੁਰੇ ਨਮੇ ਜੁਗਾਦ ਗੁਰੇ ਨਮੇ ਸਤਿਗੁਰੇ ਨਮੇ ਸ੍ਰੀ ਗੁਰਦੇਵੇ ਨਮੇ ਹੈ ਹੁਣ ਸੁਖਮਣੀ ਸਾਹਿਬ ਕੀ ਜਾਣਕਾਰੀ ਹੈ ਪੰਜਵੇਂ ਪਾਤਸ਼ਾਹ ਦੀ ਹਾਂਜੀ ਚਾਰ ਪਾਤਸ਼ਾਹ ਨੇ ਇਹਨੂੰ ਕਹਿਣਾ ਹਾਂਜੀ
ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ, ਗੁਰੂ ਅਰਜਨ ਸਾਹਿਬ ਜੀ ਲਿਖਦੇ ਨਾ ਹੈ, ਫਿਰ ਦੂਜੀ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ, ਆਦਿ ਗੁਰੇ ਨੇਵਾ, ਜਵਾਲ ਗੁਰੇ ਨੇਵਾ, ਸਤਿਗੁਰੇ ਨੇਵਾ, ਫਿਰ ਗੁਰਦੇਵ ਨੇਵਾ, ਚਾਰ ਪਾਤਸ਼ਾਹ ਨੂੰ ਨਮਸਕਾਰ ਕਰੀਏ, ਹੈ ਪਹਿਲਾਂ ਉਹਨਾਂ ਨੂੰ ਨਮਸਕਾਰ ਕਰਕੇ ਫਿਰ ਹੁਣ ਗਾਹਾਂ ਬਾਣੀ ਸੁਖਮਨੀ ਸਾਹਿਬ ਉਚਾਰਨ ਕਰਦੇ। ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਵਿਸ਼ੰਬਰ ਏਕੇ, ਨਾਮ ਜਪਤ ਅਗਨਤ ਅਨੇਕੇ, ਵੇਦ ਪੁਰਾਣ ਸਿਮਰਤ ਸੁਧਾਖਰ, ਕਿੰਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀ ਵਸਾਵੇ, ਤਾ ਕੀ ਮਹਿਮਾ ਗਨੀ ਨ ਆਵੇ, ਕਾਂਖੀ ਏਕੇ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਗੁਰੂ ਸਿਮਰਨ ਲੱਗ ਜਾਓ, ਵਾਹਿਗੁਰੂ 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 ਜਪਾਂਗੇ, ਬਾਣੀ ਦੇ ਮਗਰ ਲੱਗਾਂਗੇ ਆਪਾਂ, ਇਹੀ ਆ ਦਿੰਦਾ ਸਿਮਰਨ, ਕੋਈ ਹੋਰ ਨਹੀਂ ਹੈ ਆਪਾਂ ਨੂੰ ਗੁਰਮੰਤਰ ਦਾ।
ਕੰਠੀ ਕੰਠ ਕਾਠ ਕੀ ਡਾਰੀ, ਗਲ ਦੇ ਵਿੱਚ ਕੰਠੀ ਕਾਠ ਦੀ ਬਣਾ ਬਣਾ ਕੇ ਡਾਰੀਆਂ।